ਹੈਲੋ ਐਵਰੀਵਨ ਗਾਈਸ, ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ। ਕਾਫੀ ਟਾਈਮ ਬਾਅਦ ਆਪਾਂ ਵਲੋਗ ਬਣਾਉਣ ਲੱਗੇ ਆ, ਕੱਲ ਨੂੰ ਦੇਖਦੇ ਆ ਕਣਕ ਕਣਕ ਵਡਵਾਉਂਦੇ ਆ, ਤਾਂ ਅੱਜ ਟਰੈਕਟਰ ਥੋੜਾ ਤਿਆਰ ਕਰ ਲੈਂਦੇ ਆ। ਨਾਲੇ ਆਪਣਾ ਇਹ ਲਿਆ ਸੀ ਆਪਾਂ, ਕਿੱਥੇ ਗਿਆ, ਇਹ ਰੋਲ ਚੜਾਵਾਂਗੇ ਡੈੱਕ ਤੇ ਛੱਤਰੀ ਤੇ। ਕਿਉਂ ਵਾਸ਼ੂ, ਠੀਕ ਨੀ ਗੱਲ? ਨਹੀਂ, ਡੈੱਕ ਖਰਾਬ ਹੋ ਜਾਏਗਾ ਸਾਡਾ, ਇੰਨੀ ਮਿਹਨਤ ਕੀਤੀ ਹੋਈ ਹੈ ਯਾਰ, ਮਿੱਟੀ ਮਿੱਟੀ ਜੰਮ ਜਾਣੀ, ਕੀ ਫਾਇਦਾ ਫਿਰ। ਮਾਰ ਦੋ ਮਾਰ ਦੋ ਕੱਪੜੇ, ਚੱਲ ਤੂੰ ਵੀ ਲੱਗ, ਰਮਾਨ ਨੂੰ ਵੀ ਲਾ ਐਨ ਚੰਗੀ ਤਰ੍ਹਾਂ। ਕੁਰਸੀ ਲਿਆ ਨਾ, ਕੁਰਸੀ ਚੜਕਾ ਮਾਰ ਦੇ ਸਾਰੇ ਡੈੱਕ ਪਾ, ਥੰਬ ਵੀ ਲਗੋ ਪਹਿਲੇ ਖੜੇ ਰਹੇ। ਉਹ ਕਹਾਂਗੇ ਤੇਜੂ ਕਿਉਂ ਹਵਾ ਬੜੀ ਆ ਯਾਰ, ਹਵਾ ਮਾਰ ਦਿੰਦੇ ਨਾ, ਮੈਂ ਗੰਦ ਨੀ ਕੱਢ ਦਿੰਦਾ, ਗੰਦ ਹੈ ਇਸ ਕੇ ਅੰਦਰ ਬਹੁਤ। ਹੈਂ ਜੇ ਹਵਾ ਹੈ ਫਿਰ ਲੈਟ ਨਹੀਂ ਹੈ, ਇਹ ਵੀ ਤੇਰੀ ਬਾਤ ਹੈ, ਉਹ ਵੀ ਦੇਖਿਓ ਕਰਨ ਲੱਗੀ, ਇਸ ਪਿਓ ਕਰਨਾ ਪੜਾਗਾ ਸਾਰੀ ਬਾ। ਨਿਓ ਨਹੀਂ ਸਮਾਰਾ, ਕੱਪੜਾ ਮਾਰੋ, ਐਨ ਕੁੜੀ ਲੱਗ ਰਿਹਾ ਸਾਰਾ ਪਰਲਾ ਪਾ। ਮਿੱਟੀ ਤਾਂ ਫਿਰ ਇਸ ਤਰ੍ਹਾਂ ਬੜੀ ਦੇਖੇ ਮਿੱਟੀ, ਡਿਪਰੈਂਸ਼ਨ ਨਹੀਂ ਆਣਾ ਯਾਰ। ਜਮੀ ਐਨ ਲੱਗ ਰਿਹਾ ਵੀ ਕੱਪੜਾ ਮਾਰਨ ਇਸ ਤਰ੍ਹਾਂ ਖਾ ਦੋ, ਇਹ ਪਰਲਾ ਕੱਢ ਲੈ ਬਈ, ਸਹੀ ਕਰਕੇ ਕਹਾਂ ਤੇਰੇ ਬਈ, ਮਰ ਚੁੱਕ ਰਿਹਾ ਥੱਲੇ ਕੱਪੜਾ ਮਾਰਨ ਦਾ ਖੇਡਾ। ਇਹ ਬਾਬੂ ਭਈਆ ਆ ਜਾ, ਅੰਬਾਲੇ ਕਹਿੰਦਾ ਅੰਬਾਲੇ ਲਿਖਵਾਵਾਂਗੇ, ਪਰ ਮਾਝਾ ਥੋੜੀ ਦੇਖੋ, ਹੋਰ ਅੰਬਾਲੇ ਕਹਿੰਦਾ ਅੰਬਾਲੇ ਲਿਖਵਾਵਾਂਗੇ। ਸਾਰੰਗਪੁਰ ਬੈਲਟ ਕੋਈ ਨੀ, ਉਹ ਵੀ ਲਿਖਵਾ ਦੇਵਾਂਗੇ। ਤੇਜੂ ਇਜ਼ ਅ ਡੌਂਕੀ, ਬਸ ਉਹ ਕੀ ਨਹੀਂ ਲੱਗਦੀ ਵੈਸੇ ਕੀ ਡੌਂਕੀ, ਵਾਸ਼ੂ ਨੇ ਲਾਣੀ ਵੀ ਨਹੀਂ ਹੈ। ਹੋਰ ਫਿਰ ਨੀਤ ਫਿੱਟੀ ਵੀ ਦੇਖ ਲਓ ਇਸਕੀ, ਜਮੀ ਕੱਪੜਾ ਮਾਰਨੇ ਬਾਈ ਕੋਈ ਕੰਮ ਕਰਾਵਾਂਗੇ, ਉਹ ਤਾਂ ਰਹਿ ਨਹੀਂ ਫਿਰ ਇਹਦੇ ਰਵਾਂ, ਇਹ ਪ੍ਰਮੋਸ਼ਨ ਹੋ ਗਿਆ ਇਸ ਕੰਮ ਦੇ, ਇਹ ਵੀ ਕਹਿਰਾ ਤਾਂ ਸਾਰਾ ਇਹੀ ਕੰਮ ਕਰਿਆ, ਇਹ ਵਗੈਰਾ ਟਰੈਕਟ ਕਿਸ ਪਾ ਮਾਰਿਆ, ਕਿਸ ਪਾ ਮਾਰਿਆ ਗੱਡੀਆਂ ਵਾ ਮਾਰੇ ਕਰਾ ਦਾ ਹੈਰ ਬੋਲੇ ਉਹ ਮੰਨੇ ਕੌਣ ਸਾ ਇਸਕਾ ਹੱਥ ਪਕੜਾ ਰਹਾ ਅਰਮਾਨ ਲੈ ਵੀ ਪਾ ਪਰਨਾ ਦੋ ਪਰਨਾ ਪਾ ਦੋ ਲੈ ਵੀ ਪਿੱਛੇ ਤੇ ਹੋਊਗਾ ਕਹਿੰਦੇ ਸਾਡਾ ਡੈਕ ਸਾਫ਼ ਸਾਫ਼ ਆ ਜੀ ਤੋ ਕਸਟਮ ਵੀ ਆਈਏ ਬੇਟਾ ਤੇਰਾ ਤਾਂ ਜੈਕ ਲਾ ਕੇ ਠਾਊਗਾ ਕਿਉਂ ਵੀ ਤੇ ਇੱਦਾਂ ਤੂੰ ਕਿਆ ਕਹਿ ਰਿਹਾ ਇਹ ਗਰਾਊਂਡ ਵੀ ਜਿੱਤ ਗਿਆ ਕੋਲਡ ਡਰਿੰਕ ਬਣਾਵਾਂਗਾ ਚੱਲ ਇਹ ਗਰਾਊਂਡ ਜਿੱਤ ਜੂੰਗਾ ਮੈਂ ਤੇਰੇ ਵਾਦੇ ਰਹਿਣ ਦੇ ਕਰ ਬਈ ਇੱਕ ਵੀ ਰਾਊਂਡ ਆ ਜਾ ਵੀ ਆ ਜਾ ਚਾਰ ਤੋਂ ਕੱਲ੍ਹ ਮੰਨੇ ਪ੍ਰਾਂਸ਼ੂ ਨੂੰ ਵੀ ਰਹਿ ਦੀਏ ਤੇ ਉਹ ਪ੍ਰਾਂਸ਼ੂ ਵੀ ਉਹ ਦੇਖ ਕਿਆ ਕਹਿ ਰਿਹਾ ਮਾਰ ਦੇ ਨਾ ਬਣਾ ਉਹ ਵੀ ਸਰ ਨਿਰਮਾਣ ਯਾਰ ਕੰਮ
ਸਾਲਾ ਭੋਲੇ ਦਾ ਜਾਣਗਾ ਪੰਗੇ ਹੈ ਤੇ ਜਦਵਾਰਾ ਤਾਂ ਨਹੀਂ ਕਰਦਾ ਐਸੀ ਹਰਕਤ ਪ੍ਰੋਫੈਸ਼ਨਲ ਲੱਗ ਰਿਹਾ ਐਸੇ ਕੰਮਾਂ ਦੇ ਜਿਸ ਹਿਸਾਬ ਸਲੰਸਰ ਮੈਂ ਮਾਰ ਰਿਹਾ ਕੱਪੜਾ ਓ ਓਹੋ ਕੋਸਾਲ ਜੀ ਆਪ ਹੋਏ ਨੇ ਹੁਣ ਮੂਰੇ ਅਰਮਾਨ ਬਾਈ ਤੂੰ ਅੱਗੇ ਹੋਣਾ ਵਲੋਗ ਮੈਂ ਆਏਗਾ ਨਾ ਸਰਪੰਚ ਦਾ ਮੁੰਡਾ ਵੀ ਆਇਆ ਏ ਐਕਸ ਸਰਪੰਚ ਦਾ ਨਿਬੜ ਗਈ ਤੇਜੂ ਕਿਆ ਕਹਿ ਰਿਹਾ ਕਹਿ ਰਿਹਾ ਰੋਡ ਵੀ ਨਹੀਂ ਬਣਵਾਇਆ ਤੇ ਬਤਾ 5 ਸਾਲ ਰਹੀ ਸਰਪੰਚ ਹੈ ਕਰ ਰਿਹਾ ਬਈ ਦੇਖ ਲੇ ਹੈ ਰਮਾਨ ਕਰ ਰਿਹਾ ਟਾਈਮ ਪਾਸ ਹੋ ਤੇਰੀ ਗੱਲ ਬ੍ਰੈਡ ਬਾਈ ਬੋਲ ਯਾਰ ਤੂੰ ਕੁਛ ਤੇਜੂ ਵੀ ਬਜਾ ਯਾਰ ਕੋਈ ਟਾਈਮ ਟੂਮ ਪਾਸ ਕਰ ਰਿਹਾ ਹੋ ਕਰ ਦਿੰਦੇ ਆਪ ਤੋਂ ਕਿਆ ਕਰਨਾ ਨੀ ਕੁਛ ਫਰੀ ਕੀ ਚੀਜ਼ ਨੂੰ ਨਾ ਨੀ ਹੈ ਅਰਮਾਨ ਜੈਸੇ ਬਾਲ ਕਰਾਣੇ ਅਰਮਾਨ ਨੂੰ ਅਰਮਾਨ ਦਿਖਾ ਰਿਹਾ ਬਾਲ ਆਪਣੇ ਦੇਖ ਬੰਦਾ ਕਹਿਣਾ ਕਹਿਣਾ ਬਾਈ ਤੇਰੇ ਬਾਲ ਕਿਹੋ ਜੀ ਕਰਨੇ ਸਾਡਾ ਝੁੰਡ ਖੜੇ ਹੋਏ ਆ ਬੜ ਲੇ ਆ ਜਾ ਹੌਲੀ ਬੋਲੇ ਬ੍ਰੈਡ ਬਾਈ ਕਰੀ ਹੋਣਾ ਕੰਮ ਹੈ ਫਿਰ ਤੂੰ ਅਰਮਾਨ ਦੇਖ ਅਰਮਾਨ ਲੱਗ ਰਿਹਾ ਪੂਰਾ ਜੁੱਟ ਰਿਹਾ ਕੰਮ ਵਾ ਤੇਜੂ ਦੇਖ ਤੇਜੂ ਇੱਕ ਵਾਰੀ ਦੋ ਦੋ ਵਾਰ ਸਾਫ਼ ਕਰਾਂਗੇ ਫਿਰ ਮਹੀ ਲੱਗ ਜਾਏਗਾ ਲੱਗਣ ਲੱਗਿਆ ਤੈਨੂੰ ਬੱਕਰ ਪੂਰਾ ਬਾਬਾ ਦੇਖ ਮੁੰਡਾ ਕਹਿੰਦੇ ਦਬਾਬੇ ਲਾ ਕੇ ਦਾ ਐਵੇਂ ਵੀ ਕੇਸ ਉਧਾਰ ਹੈ
ਲੈ ਦੌੜ ਕੇ ਜਾ, ਤੇਰਾ ਕੈਕ ਹੋ ਗਿਆ ਤੇ ਜੀ ਬੋਲ ਯਾਰ ਇੱਕ ਦੋ ਲੈਣ ਅਰਮਾਨ ਪਾ ਕੋਈ ਸਵਾਸ ਹੋਦਾ ਵਾ, ਟਾਈਮ ਨਹੀਂ ਪਾਸ ਹੋ ਰਿਹਾ, ਜਿੰਮਾ ਤੋਂ ਜਾ ਗਈ ਤੇਰੇ ਲੈਣ ਬੋਲਣ ਤੇ ਛੋੜ ਥੋੜੀ ਜਾ ਗਿਆ, ਜਿੰਮ ਵਾਲਾ ਫੀਸ ਦੇ ਗਿਆ ਦੇ ਨਾ ਫੀਸ ਅਰੇ ਉਹ ਫ੍ਰੀ ਮੈਨ ਆਇਆ ਪਹਿਲੇ ਦਿਨ ਕਿਹ ਮਹੀਨੇ ਕੀ ਲਈ ਸਬਸਕ੍ਰਿਪਸ਼ਨ ਇਸਕੋ ਉਹ ਭੇਜਦੀ ਆ ਹੱਡੀਆਂ ਦਿਖ ਰਹੀ ਹੌਲੀ ਮਾਰ ਲੈ ਤੋੜਾ ਕਰ ਨੂੰ ਤੋ ਜੱਗ ਨਾ ਮਾਰ ਦੀਏ ਗੁਰੂ ਕਹੀਂ ਪਤਾ ਲੱਗਾ ਕਹਾਂ ਲੈ ਕੇ ਜਾਗਾ ਕਹਾਂ ਲੈ ਕੇ ਜਾਗਾ ਦੋ ਕੀ ਤੋਂ ਹਾਰ ਲੈ ਕੇ ਵੀ ਨੀ ਹੁੰਦੀ ਹਾਰ ਲੈ ਵੱਧਦੇ ਆ ਕਿਸਕਾ ਆਇਓ ਹੈ ਕਿਸ ਸੰਨੀ ਕੌਣ ਕਪੜਾ ਮਾਰ ਕੇ ਅਰਮਾਨ ਮਾਰਿਆ ਨੀ ਕਪੜਾ ਹੀ ਸਾਲ ਥੱਪੜ ਐਸਾ ਵਜਾਗਾ ਨਾ ਪਤਾ ਲੱਗਣਾ ਜੀ ਇਹ ਵੀ ਡੈਕ ਸਾਫ ਕਰ ਡਰੈਕ ਕਹਿ ਰਿਹਾ ਡੈਕ ਸਾਫ ਕਰਿਆ ਵਾ ਸਪੀਕਰਾਂ ਮਾ ਨੀ ਪਾਣੀ ਜਾਣੇ ਗਾ ਛੱਡਾ ਸਪੀਕਰਾਂ ਕੋਈ ਚੱਕਰ ਨੀ ਹੁੰਦਾ ਜੇ ਪਾਣੀ ਦੇ ਨੀ ਖਰਾਬ ਹੋ ਰਹੇ ਫਿਰ ਉਸ ਤੇ ਕਿਸ ਤਰ੍ਹਾਂ ਖਰਾਬ ਹੋ ਜਾਣਗੇ ਮਿੱਟੀ ਦੇ ਮੰਨੇ ਸਿਖਾਇਆ ਜਦੀ ਅੱਜ ਕਰ ਰਿਹਾ ਕੰਮ ਚਲੋ ਚਲੋ ਕੈਸਾ ਹਾਲ ਹੋਵਾ ਦਿਖਾਏ ਮੂੰਹ ਦਿਖਾ ਦੇਣ ਸੋਹਣੇ ਮੁੰਡੇ ਆ ਬਾਈ ਚਿਹੜਾ ਨਾ ਸੋਹਣੇ ਮੁੰਡੇ ਅਰਮਾਨ ਤੇਜੂ ਕਹਿ ਰਿਹਾ ਸਮਾਰਗਾ ਕਰਦੇ ਸਾਫ ਕਹਿ ਰਿਹਾ ਸਮਾਰਗਾ ਸਾਫ ਕਰਦੇ ਖਾਈ ਚਿਤਰੋਲ ਹੋਆ ਬਾਦ ਅਰਮਾਨ ਕਹਿ ਰਿਹਾ ਦਿਮਾਗ ਨਾ ਖਰਾਬ ਕਰਾ ਮੈਨੂੰ ਚੜਾ ਯਾਰ ਉੱਪਰ ਤੋਂ
ਚੜ ਵੀ ਉੱਪਰ ਹੀ ਚੱਲ ਜਿੱਤੀ ਚੜ ਪਤਾ ਮੈਨੂੰ ਤਾਂ ਪ੍ਰੋ ਪਲੇਅਰ ਆ ਜਦ ਮਰਜ਼ੀ ਆ ਜਾਈਏ ਬਾਈ ਜਦ ਮਰਜ਼ੀ ਇਹ ਵੀ ਆ ਜਾ ਇਹ ਵੀ ਜਦ ਮਰਜ਼ੀ ਆ ਜਿਓ ਇਹ ਵੀ ਆ ਜਾ ਇਹ ਵੀ ਉੱਪਰ ਹੀ ਹਾਂ ਨਹੀਂ ਮਾਰਦੇ ਬਣ ਜਾਂਦੀ ਰਗੜ ਮਾਰਦੇ ਹਾਂ ਹਾਂ ਬਲਾ ਤੇ ਨਾ ਦੇਖ ਰਿਹਾ ਕੋਈ ਨੀ ਚਮਕਾ ਚਮਕਾ ਦਿਓ ਕਾਲਾ ਜੀ ਉਹ ਕਹਿੰਦਾ ਜੀਰੀ ਆ ਜਿਹੜਾ ਕਿਸੇ ਵਗਾਰਾ ਚਿਪਕਣਾ ਮਿੱਟੀ ਉੱਡਣ ਕਿਆ ਆ ਕਪੜਾ ਤਾਂ ਫਿਰ ਸਾਫ਼ ਹੋ ਜਾਏਗਾ ਤੋ ਮਾਰ ਤੇ ਫਟਾਫਟ ਯਾਰ ਚੱਲ ਕੌਣ ਤੇ ਜੀ ਹਾਂਜੀ ਮਿੱਤਰੋ ਇਹ ਖੇਲਿਆ ਫਰੀ ਫਾਇਰ ਨੇ ਟਰੈਕਟਰ ਸੁੱਕ ਗਏ ਹੁਣ ਰੋਲ ਚੜਾਉਂਦੇ ਆ ਲੈ ਬਣਾਓ ਕਿਨਾ ਲੋਕ ਜਿੱਤੇ ਕੌਣ ਇਹ ਤਾਂ ਫਿਰ ਤੇਜੂ ਸਾਈਡ ਹੋ ਗੱਦਿਓ ਤੱਕ ਉਹ ਦੂਸਰੀ ਵੀ ਰੱਖ ਲੈਣੇ ਗੱਦਿਓ
ਹਾਂਜੀ ਮਿੱਤਰੋ, ਡਿਬੇਟ ਤਾਂ ਆਪਾਂ ਕਰਤੀ, ਸਾਰੀ ਕਵਰਿੰਗ ਕਰਤੀ ਸਾਰੀ। ਹੁਣ ਗੰਦ ਕਬਾੜ ਆਪਣਾ ਜਾਣ ਨਹੀਂ ਲੱਗਾ ਡੈਕ ਡੈਕ ਡੁੱਕ ਦੇ ਅੰਦਰ। ਕਦੋਂ ਤੱਕ ਲੱਗਿਆ ਰਹੂਗਾ ਹੁਣ? ਧੋ ਕੇ ਐਨ ਚੰਗੀ ਤਰ੍ਹਾਂ ਤੇ ਕਰਤੀ ਆਪਾਂ ਇਹਦੀ ਸਾਰੀ ਕਵਰਿੰਗ। ਆਪਣਾ ਕੰਮ ਅੱਜ ਦਾ ਨਿਬੜ ਗਿਆ ਸਾਰਾ। ਬਾਕੀ ਜੇ ਤੁਹਾਨੂੰ ਵਲੋਗ ਚੰਗਾ ਲੱਗੇ ਤਾਂ ਲਾਈਕ, ਕਮੈਂਟ ਐਂਡ ਸ਼ੇਅਰ ਜ਼ਰੂਰ ਕਰ ਦਿਓ, ਨਾਲ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ। ਬਾਕੀ ਕੱਲ੍ਹ ਦਾ ਵਲੋਗ ਅਲੱਗ ਬਣਾਵਾਂਗੇ, ਕੱਲ੍ਹ ਨੂੰ ਮਸ਼ੀਨ ਚੱਲੇਗੀ ਉਹਦਾ ਵਲੋਗ ਅਲੱਗ ਬਣਾਵਾਂਗੇ। ਓਕੇ ਠੀਕ ਹੈ ਮਿੱਤਰ।